द्वार ते सिद्धू मूसे वाले दी फोटो लाण वाले बापू जी दुनिया दे विच नहीं रहे। बड़े अफसोस नाल कहना पै रहा है कि जिहड़े बापू जी दे असीं घर गए सी तुसीं देख रहे सी, कबाड़ दा काम करदे सी, घर दे विच कोई औलाद नहीं सी और माता जी ते बापू जी घर दे विच कल्ले इस कमरे दे विच जिंदगी बतीत कर रहे सी। पर अफसोस हॉस्पिटल च एडमिट कराण तों बाद घर आ के उन्हां ने अपने जिहड़े ओह प्राण दे दित्ते। बड़ी अफसोस दी गल है कि सिद्धू नूं प्यार करन वाले ओह वी ने जिन्हां दे कोल 5 करोड़ रुपए की गड्डी है ते ओह वी ने जिन्हां दे घरे रोटी नहीं पक रही। और मैं इन्हां दोनों जणियां नूं कहना चाहुंदा कि अज सिद्धू खुश हुंदा जे तुसीं उहनूं याद करन दे नाल नाल उहनां लोकां दी मदद करदे जिन्हां कोल अज अपने घर दे विच या कोई कमाई दा साधन नहीं है या कोई औलाद नहीं है और उहनां कोल इलाज कराण जोगे पैसे नहीं। सिद्धू कदी भी उपर यह देख के खुश नहीं होएगा कि एक मेरा ਉਹ ਫੈਨ ਜਿਹਦੇ ਕੋਲ ਸਭ ਕੁਛ ਹੈ ਤੇ ਇੱਕ ਮੇਰਾ ਉਹ ਫੈਨ ਜਿਹਦੇ ਵਿਚਾਰੇ ਕੋਲ ਕੁਛ ਵੀ ਨਹੀਂ ਹੈ, ਜੇ ਆਪਸ 'ਚ ਦੋਨੋਂ ਮਿਲ ਜਾਣ ਤਾਂ ਕਿੰਨਾ ਭਲੇ ਵਾਲਾ ਕੰਮ ਹੈ। ਮੈਂ ਇਸ ਵੀਡੀਓ ਰਾਹੀਂ ਰਿਕੁਐਸਟ ਕਰਨਾ ਚਾਹੁੰਦਾ ਕਿ ਅੱਜ ਸਿੱਧੂ ਮੂਸੇ ਵਾਲੇ ਨੂੰ ਗਏ ਦੁਨੀਆਂ 'ਚ 1 ਸਾਲ ਹੋ ਚੁੱਕਾ, ਸਾਰੇ ਹੀ ਉਹਨੂੰ ਪਿਆਰ ਕਰਨ ਵਾਲੇ ਜਾਂ ਉਹਨੂੰ ਪਿਆਰ ਨਾ ਵੀ ਕਰਨ ਵਾਲੇ ਕਿਸੇ ਨੂੰ ਤਾਂ ਪਿਆਰ ਕਰਦੇ ਹੋਣਗੇ। ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਜਿਨ੍ਹਾਂ ਦੇ ਮਾਂ ਬਾਪ ਨਹੀਂ ਹੈ ਦੁਨੀਆਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਪਿਆਰ ਕਰੋ, ਜਾਂ ਜਿਨ੍ਹਾਂ ਬੱਚਿਆਂ ਦੇ ਮਾਂ ਬਾਪ ਨਹੀਂ ਹੈ ਉਹਨਾਂ ਨੂੰ ਪਿਆਰ ਕਰੋ, ਉਹ ਮਾਂ ਬਾਪ ਜਿਨ੍ਹਾਂ ਦੇ ਬੱਚੇ ਨਹੀਂ ਹੈ ਉਹਨਾਂ ਨੂੰ ਵੀ ਤੁਸੀਂ ਪਿਆਰ ਕਰੋ। ਤਾਂ ਸਿੱਧੂ ਬਾਈ ਜਾਂ ਦੁਨੀਆਂ ਦੇ ਵਿੱਚ ਤੁਸੀਂ ਜਿਹਨੂੰ ਵੀ ਆਪਣਾ ਆਈਡਲ ਮੰਨਦੇ ਹੋ ਜਾਂ ਜਿਹਨਾਂ ਨੂੰ ਵੀ ਤੁਸੀਂ ਭਗਵਾਨ ਮੰਨਦੇ ਹੋ, ਉਹ ਦੇਖ ਕੇ ਖੁਸ਼ ਹੋਏਗਾ ਕਿ ਮੇਰਾ ਬੱਚਾ ਮੇਰੀ ਪੂਜਾ ਕਰਨ ਦੇ ਨਾਲ ਨਾਲ ਮੈਨੂੰ ਯਾਦ ਕਰਨ ਦੇ ਨਾਲ ਨਾਲ ਮੇਰੀ ਸੋਚ ਨੂੰ ਵੀ ਫੋਲੋ ਕਰ ਰਿਹਾ। ਔਰ ਮਾਇਨੇ ਇਹੀ ਰੱਖਦਾ ਕਿ ਅਸੀਂ ਜਿਹਨੂੰ ਪਿਆਰ ਕਰਦੇ ਹਾਂ ਉਹਦੀ ਸੋਚ ਨੂੰ ਵੀ ਫੋਲੋ ਕਰੀਏ। ਅੱਜ ਕਿੰਨੇ ਹੀ ਪੇਸ਼ੈਂਟ ਤੁਸੀਂ ਦੇਖ ਰਹੇ ਹੋ ਇੱਥੇ ਲੋਕੇਸ਼ਨ 'ਤੇ ਬੈਠੇ ਸਾਡੇ ਕੋਲ ਇੱਕ ਉਮੀਦ ਨਾਲ ਹੈਲਪ ਲੈਣ ਲਈ ਆਉਂਦੇ ਨੇ ਔਰ ਸਾਰੇ ਹੀ ਦੁਨੀਆਂ ਦੇ ਵਿੱਚ ਸਿੱਧੂ ਮੂਸੇ ਦਾ ਨਾਮ ਬਹੁਤ ਵੱਡੇ ਲੈਵਲ 'ਤੇ ਜਾ ਚੁੱਕਾ। ਹੋਰ ਤਾਂ ਮੈਂ ਕੁਛ ਨਹੀਂ ਕਰ ਸਕਦਾ, ਪਰ ਸਿੱਧੂ ਭਾਈ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਇੱਕ ਮੈਂ ਵੀ ਇੱਕ ਹਾਂ। ਉਹਦੇ ਗਾਣੇ ਦੀ ਉਡੀਕ ਰਹਿੰਦੀ ਸੀ ਔਰ ਨਾ ਜਾਣੇ ਮੇਰੇ ਵਰਗੇ ਕਿੰਨੇ ਹੀ ਹੋਣਗੇ ਦੁਨੀਆਂ ਦੇ ਵਿੱਚ ਜਿਨ੍ਹਾਂ ਨੂੰ ਉਹਦੇ ਗਾਣੇ ਦੀ ਉਡੀਕ ਰਹਿੰਦੀ ਸੀ। ਔਰ ਮੈਂ ਸਭ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸਿੱਧੂ ਬਾਈ ਨੂੰ ਜੇ ਤੁਸੀਂ ਦਿਲੋਂ ਪਿਆਰ ਕਰਦੇ ਹੋ ਜਾਂ ਕਿਸੇ ਨੂੰ ਵੀ ਜੇ ਤੁਸੀਂ ਦਿਲੋਂ ਪਿਆਰ ਕਰਦੇ ਹੋ, ਕਿਸੇ ਦੀ ਹੈਲਪ ਕਰਕੇ ਔਰ ਉਹਦੀਆਂ ਦੁਆਵਾਂ ਲੈ ਕੇ ਉਸ ਬੰਦੇ ਦੀ ਆਤਮਾ ਨੂੰ ਸ਼ਾਂਤੀ ਪਹੁੰਚਾਓ। ਅੱਜ ਜਿਨ੍ਹਾਂ ਦੇ ਮਾਂ ਬਾਪ ਨਹੀਂ ਆ ਦੁਨੀਆਂ ਦੇ ਵਿੱਚ ਉਹ ਅੱਜ ਵੀ ਇਕੱਲੇ ਬਹਿ ਕੇ ਰੋਂਦੇ ਨੇ ਕਿ ਸਾਡੇ ਮਾਂ ਬਾਪ ਨਹੀਂ ਆ, ਪਰ ਅਫਸੋਸ ਉਹਨਾਂ ਨੂੰ ਕਿਸੇ ਹੋਰ ਦੁਖੀ ਮਾਂ ਨੂੰ ਦੇਖ ਕੇ ਉਹਨਾਂ 'ਚ ਆਪਣੀ ਮਾਂ ਨਹੀਂ ਨਜ਼ਰ ਆਉਂਦੀ। ਜਾਂ ਮੈਂ ਉਹ ਮਾਂ ਬਾਪ ਵੀ ਦੇਖਦਾ ਜਿਨ੍ਹਾਂ ਦੀ ਔਲਾਦ ਨਹੀਂ ਹੈ, ਪਰ ਅਫਸੋਸ ਕਿਸੇ ਹੋਰ ਦਾ ਜਵਾਨ ਪੁੱਤ ਤੜਫਦਾ ਦੇਖ ਕੇ ਉਹਨਾਂ ਨੂੰ ਆਪਣੇ ਪੁੱਤ ਦੀ ਯਾਦ ਨਹੀਂ ਆਉਂਦੀ। ਮੇਰੇ ਕੋਲ ਬੜੇ ਲੋਕ ਆਉਂਦੇ ਨੇ ਕਿ ਬੁਢਾਪੇ ਦੇ ਵਿੱਚ ਮੈਂ ਉਹਨਾਂ ਨੂੰ ਹਮੇਸ਼ਾ ਪੁੱਛਦਾ ਕਿ ਜ਼ਿੰਦਗੀ ਦਾ ਨਿਚੋੜ ਕੀ ਕੱਢਿਆ, ਉਹ ਕਹਿੰਦੇ ਨੇ ਸੇਵਾ। ਜਿਨ੍ਹਾਂ ਬੱਚਿਆਂ ਲਈ ਅੱਜ ਲੋਕ ਭੱਜਦੇ ਫਿਰ ਰਹੇ ਨੇ ਇੱਧਰ ਉੱਧਰ, ਉਹ ਵੱਡੇ ਹੋ ਕੇ ਬੱਚੇ ਪੁੱਛਦੇ ਵੀ ਨਹੀਂ ਆਪਣੇ ਮਾਂ ਬਾਪ ਨੂੰ। ਇੱਥੇ ਕਰਮ ਸਭ ਦੇ ਆਪੋ ਆਪਣੇ ਨੇ, ਬਾਕੀ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ। ਮੈਂ ਇਸ ਵੀਡੀਓ ਰਾਹੀਂ ਇਹੀ ਰਿਕੁਐਸਟ ਕਰਨਾ ਚਾਹੁੰਦਾ ਕਿ ਪਲੀਜ਼ ਅੱਜ ਸਿੱਧੂ ਬਾਈ ਦੀ 1 ਸਾਲ ਬਰਸੀ 'ਤੇ ਆਪਾਂ ਇਹ ਪ੍ਰਣ ਲਈਏ ਕਿ ਜਿਹੜੇ ਸਿੱਧੂ ਦੇ ਫੈਨਸ ਜਾਂ ਦੁਨੀਆਂ 'ਚ ਹੋਰ ਲੋਕ ਅਸਮਰੱਥ ਨੇ ਆਪਣਾ ਇਲਾਜ ਕਰਾਉਣ ਤੋਂ ਜਾਂ ਬੱਚਿਆਂ ਨੂੰ ਪੜ੍ਹਾਈ ਕਰਾਉਣ ਤੋਂ, ਜਿਹੜੀ ਬੇਸਿਕ ਫੈਸਿਲਿਟੀ ਹੈ ਐਜੂਕੇਸ਼ਨ ਅਤੇ ਹੈਲਥ, ਆਪਾਂ ਉਹਨਾਂ ਦੀ ਮਦਦ ਕਰੀਏ। ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ ਜਦੋਂ ਰੋਜ਼ ਹੋਸਪਿਟਲਾਂ ਦੇ ਵਿੱਚ ਬਿਨਾਂ ਟ੍ਰੀਟਮੈਂਟ ਤੋਂ ਲੋਕ ਨੇ ਜਿਹੜੇ ਉਹ ਤੜਪ ਰਹੇ ਨੇ ਔਰ ਉਹਨਾਂ ਕੋਲ ਦਵਾਈ ਜੋਗੇ ਵੀ ਪੈਸੇ ਹੈ ਨਹੀਂ ਔਰ ਅਸੀਂ ਆਪਣੇ ਆਪ ਨੂੰ ਸਿੱਧੂ ਦੇ ਫੈਨ ਕਹਿ ਕੇ ਲੱਖਾਂ ਕਰੋੜ ਰੁਪਇਆ ਆਪਣੇ ਕੋਲ ਰੱਖਿਆ ਤਾਂ ਕੋਈ ਫਾਇਦਾ ਨਹੀਂ। ਅੱਜ ਵੀ ਸਿੱਧੂ ਅਗਰ ਉੱਪਰ ਬੈਠਾ ਦੇਖ ਰਿਹਾ ਹੋਏਗਾ ਤਾਂ ਉਹ ਖੁਸ਼ ਹੋਏਗਾ। ਤੁਸੀਂ ਭਾਵੇਂ ਸਿੱਧੂ ਨੂੰ ਯਾਦ ਕਰੋ ਨਾ ਕਰੋ, ਉਹਨੂੰ ਸ਼ਰਧਾਂਜਲੀ ਦਿਓ ਨਾ ਦਿਓ, ਪਰ ਉਹਦੀ ਯਾਦ ਦੇ ਵਿੱਚ ਉਹਨਾਂ ਲੋੜਵੰਦ ਲੋਕਾਂ ਦੀ ਹੈਲਪ ਜ਼ਰੂਰ ਕਰੋ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ। ਇਹ ਮੇਰੀ ਇੰਨੀ ਕੁ ਰਿਕੁਐਸਟ ਹੈ, ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਿਓ ਔਰ ਮੇਰੀ ਪੂਰੀ ਹਮਦਰਦੀ ਹੈ ਉਸ ਪਰਿਵਾਰ ਨਾਲ, ਕਿਉਂਕਿ ਜਿਹਦਾ ਪਰਿਵਾਰ ਜਾਂਦਾ ਉਹਨੂੰ ਪਤਾ ਲੱਗਦਾ ਸਾਡੇ ਵਰਗੇ ਤਾਂ ਸਿਰਫ ਗੱਲਾਂ ਕਰਨ ਜੋਗੇ ਨੇ। ਅਤੇ ਮੈਂ ਰਿਕੁਐਸਟ ਕਰਦਾ ਕਿ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਗਰ ਤੁਹਾਨੂੰ ਵੀ ਮੇਰੀ ਇਹ ਸੋਚ ਨਾਲ ਲੱਗਦਾ ਕਿ ਇਹ ਸਹੀ ਸੋਚ ਇੱਦਾਂ ਕਰਨਾ ਚਾਹੀਦਾ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਔਰ ਜਿਹੜੇ ਤੁਸੀਂ ਸਕਰੀਨ 'ਤੇ ਪੇਸ਼ੈਂਟਸ ਦੇਖ ਰਹੇ ਹੋ ਇਹਨਾਂ ਲਈ ਅਰਦਾਸ ਕਰਿਓ ਕਮੈਂਟ ਕਰਕੇ, ਸੋ ਦੈਟ ਇਹ ਤੰਦਰੁਸਤੀ ਭਰੀ ਜ਼ਿੰਦਗੀ ਬਤੀਤ ਕਰ ਸਕਣ। ਬਹੁਤ ਬਹੁਤ ਧੰਨਵਾਦ।